ਸ੍ਰੀ ਗਾਲ ਜੀ ਮੈਂ ਸਵਾਤ ਸਖਸੈਨਾ ਪੰਜਾਬੀ ਖਬਰਾਂ ਵੇਖ ਰਿਹਾ ਹਾਂ ਆਪ ਸਭ ਦਾ ਸਵਾਗਤ ਕਰਦੀ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਹੈਡਲਾਈਨਸ ਤੇ ਏਜੀ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਅਧਿਕਾਰਨ ਦੀ ਛਿੜੀ ਜਾਂਗ ਕੇਂਦਰ ਦੇ ਬੀਲ ਦੇ ਖਿਲਾਫ ਆਮਾਦੀ ਪਾਰਟੀ ਅਜੰਤਰ ਮੰਤਰ ਤੇ ਕਰੇਗੀ ਵਿਰੋਧ ਪ੍ਰਦਰਸ਼ਨ ਚੇ ਬੰਗਾਲ ਦੀ ਮੁੱਖ ਮੰਤਰੀ ਮੰਤਬੇ ਨਰਜੀ ਨੇ ਕੇਂਦਰੀ ਗ੍ਰਹਿ ਮੰਤਰੀ ਹਮੇਸ਼ਾ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਮੂਲ ਕਾਂਗਰਸ ਦੇ ਨੇਤਾਵਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਬਜਾਏ ਸਾਧ ਰਚੰਦਾ ਲਗਾਏ ਤੋਸ਼ ਇਸ ਆਦ 10 ਮਹੀਨ ਨੂੰ ਖੁੱਲਣਗੇ ਸ਼੍ਰੀ ਹਿਮਕੁੰਡ ਸਾਹਿਬ ਜੀ ਦੇ ਕਪਾਲ ਸ਼੍ਰੀ ਹਿਮਕੁੰਡ ਸਾਹਿਬ ਜੀ ਮੈਨੇਜਮੈਂਟ ਟਰਸਟ ਵੱਲੋਂ ਲਿਆ ਗਿਆ ਅਹਿਮ ਫੈਸਲਾ ਨਰਿੰਦਰ ਸਿੰਘ ਬਿੰਦਰਾ ਨੇ ਦਿੱਤੀ ਜਾਣਕਾਰੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਅਧਿਕਾਰਾਂ ਦੀ ਜੰਗ ਛਿੜ ਗਈ ਹੈ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਘਟਾਉਣ ਲਈ ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀ ਸੰਸਦ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ ਸੋਧ ਬਿੱਲ 2021 ਨੂੰ ਪੇਸ਼ ਕੀਤਾ ਹੈ ਇਸ ਬਿੱਲ ਮੁਤਾਬਕ ਦਿੱਲੀ ਵਿੱਚ ਉਪ ਰਾਸ਼ਪਾਲ ਦੇ ਅਧਿਕਾਰ ਵਧ ਜਾਣਗੇ ਇਸ ਬਿੱਲ ਦੇ ਖਿਲਾਫ ਆਮ ਆਦੀ ਪਾਰਟੀ ਅਜੰਤਰ ਮੰਤਰ ਤੇ ਵਿਰੋਧ ਪ੍ਰਦਰਸ਼ਨ ਕਰੇਗੀ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਨਗੇ ਕਿਉਂਕਿ ਆਪ ਪਾਰਟੀ ਦੀ ਯੋਜਨਾ ਕੇਂਦਰ ਸਰਕਾਰ ਖਿਲਾਫ ਸਖਤ ਵਿਰੋਧ ਦਰਜ ਕਰਾਉਣਾ ਹੈ ਸੂਤਰਾਂ ਮੁਤਾਬਕ ਦਿੱਲੀ ਦੇ ਸਾਰੇ ਕੈਬਨਟ ਮੰਤਰੀ ਵਿਧਾਇਕ ਆਪ ਸੰਸਦ ਮੈਂਬਰ ਅਤੇ ਕਾਉਂਸਲਰ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ ਉਨ੍ਹਾਂ ਕਿਹਾ ਕਿ ਲੋਕ ਸਭਾ ਵਿੱਚ ਸੋਮਵਾਰ ਨੂੰ ਪੇਸ਼ ਕੀਤਾ ਗਿਆ ਕੇਂਦਰ ਸਰਕਾਰ ਦਾ ਬਿੱਲ ਗੈਰ ਸੰਵਿਧਾਨਿਕ ਹੈ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਲੋਕ ਸਭਾ ਵਿੱਚ ਨਵਾਂ ਬਿੱਲ ਲਿਆ ਕੇ ਉਹਨਾਂ ਦੀ ਚੁਣੀ ਹੋਈ ਸਰਕਾਰ ਦੀਆਂ ਸ਼ਕਤੀਆਂ ਨੂੰ ਬਹੁਤ ਘਟ ਕਰਨਾ ਚਾਹੁੰਦੀ ਹੈ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਸਾਜ਼ਿਸ਼ ਰਚਨਾ ਦੋਸ਼ ਲਗਾਇਆ। ਮਮਤਾ ਨੇ ਹੈਰਾਨੇ ਪ੍ਰਗਟਾਇਆ ਕਿ ਚੋਣ ਕਮਿਸ਼ਨ ਉਨ੍ਹਾਂ ਦੇ ਨਿਰਦੇਸ਼ਾਂ ਤੇ ਕਾਰਵਾਈ ਕਰ ਰਿਹਾ ਹੈ। ਮਮਤਾ ਨੇ ਦਾਅਵਾ ਕੀਤਾ ਕਿ ਸ਼ਾ ਆਪਣੀਆਂ ਰੈਲੀਆਂ ਵਿੱਚ ਘੱਟ ਪੀੜ ਤੋਂ ਨਿਰਾਸ਼ ਹੋ ਗਏ ਨੇ। ਮਮਤਾ ਨੇ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਉਸ ਨੂੰ ਮਾਰਨ ਦੇ ਸਾਜਿਸ਼ ਰਚ ਰਹੀ ਹੈ ਕਿਉਂਕਿ ਉਸ ਦੇ ਸੁਰੱਖਿਆ ਨਿਰਦੇਸ਼ਕ ਵਿਵੇਕ ਸਹਾਏ ਨੂੰ ਚੋਣ ਕਮਿਸ਼ਨ ਨੇ ਪਿਛਲੇ ਹਫਤੇ ਪੂਰਬਾ ਮੇदिनीਪੁਰ ਦੇ ਨੰਦੀ ਗ੍ਰਾਮ ਦੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਹਟਾ ਦਿੱਤਾ ਸੀ ਬੈਨਰਜੀ ਨੇ ਨੰਦੀ ਗ੍ਰਾਮ ਦੇ ਵਿੱਚ ਹੋਏ ਕਤਤ ਹਮਲੇ ਦਾ ਜ਼ਿਕਰ ਕਰਦੇ ਕਿਹਾ ਕਿ ਕੋਈ ਵੀ ਉਸ ਨੂੰ ਭਾਜਪਾ ਵਿਰੁੱਧ ਆਪਣੀ ਲੜਾਈ ਲੜਨ ਤੋਂ ਰੋਕ ਨਹੀਂ ਸਕਦਾ ਭਾਰਤ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਇੱਕ ناکਾਮ ਦੇਸ਼ ਪਾਕਿਸਤਾਨ ਨੂੰ ਉਸਦੇ ਵੱਲੋਂ ਪ੍ਰਯੋਜਿਤ ਅਤਵਾਦ ਲਈ ਜਵਾਬਦੇਹ ਠਰਾਇਆ ਜਾਣਾ ਚਾਹੀਦਾ ਹੈ ਇਸ ਨਾਲ ਹੀ ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੇਸ਼ਸ਼ਕ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਖਰਾਬ ਮਨੁੱਖੀ ਅਧਿਕਾਰ ਰਿਕਾਰਡ ਅਤੇ ਜਾਤੀ ਅਤੇ ਧਾਰਮਿਕ ਘਟਕਿੰਤੀਆਂ ਪ੍ਰਾਪਤੀ ਉਸ ਦੇ ਭੇਤਪਾਵਾਪੂਰਨ ਰਵੱਈਏ ਤੇ ਤਤਕਾਲ ਧਿਆਨ ਦੇਵੇ ਮਨੁੱਖੀ ਅਧਿਕਾਰ ਪ੍ਰੇਸ਼ਸ਼ਕ ਦੇ 46ਵੇਂ ਸੈਸ਼ਨ ਵਿੱਚ ਪਾਕਿਸਤਾਨ ਦੇ ਨੁਮਾਇੰਦੇ ਦੇ ਬਿਆਨ ਤੋਂ ਬਾਅਦ ਆਪਣੇ ਜਵਾਬਦੇਹ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਭਾਰਤ ਨੇ ਇਹ ਗੱਲ ਆਖੀ ਭਾਰਤ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਉਪਦੇਸ਼ ਦੇਣਾ ਬੰਦ ਕਰੇ ਅਤੇ ਆਪਣੇ ਇੱਥੇ ਲੱਖਾਂ ਪੀੜਤਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੇ ਧਿਆਨ ਦੇਵੇ ਜਿਨੇਵਾ ਵਿੱਚ ਭਾਰਤ ਤੇ ਸਥਾਈ ਮਿਸ਼ਨ ਵਿੱਚ ਪਹਲੇ ਸਕੱਤਰ ਪਵਨ ਕੁਮਾਰ ਬੇੜੇ ਨੇ ਕਿਹਾ ਹੈ ਕਿ ਪ੍ਰਸ਼ਦ ਨੂੰ ਪਾਕਿਸਤਾਨ ਦੇ ਜਾਤੀ ਅਤੇ ਧਾਰਮਿਕ ਘਟ ਗਿੰਤਿਆਂ ਦੇ ਪ੍ਰਤੀ ਪੱਖਪਾਤੀ ਵਤੀਰੇ ਅਤੇ ਉਸ ਦੇ ਨਿੰਦਣਯੋਗ ਮਨੁੱਖੀ ਅਧਿਕਾਰ ਰਿਕਾਰਡ ਤੇ ਤਤਕਾਲ ਧਿਆਨ ਦੇਣਾ ਚਾਹੀਦਾ ਹੈ ਫੌਜ ਵਰਤੀ ਕਪਲੇ ਦੇ ਵਿੱਚ سلسلے ਵਿੱਚ सीबीआई ਨੇ ਕਈ ਥਾਵਾਂ ਤੇ ਛਾਪਾ ਮਾਰਿਆ ਉੱਥੇ ਹੀ ਇਸ ਮਾਮਲੇ ਦੇ ਵਿੱਚ सीबीआई ਵੱਲੋਂ ਫੌਜ ਦੇ 17 ਅਧਿਕਾਰੀਆਂ ਤੇ ਕੇਸ ਦਰਜ ਕੀਤਾ ਗਿਆ ਜੋ ਜਾਣਕਾਰੀ ਮਿਲ ਰਹੀ ਹੈ ਉਸ ਮੁਤਾਬਕ ਛਾਪੇਮਾਰੀ ਦੌਰਾਨ सीबीआई ਨੇ ਕਈ ਦਸਤਾਵੇਜ਼ ਬਰਾਮਦ ਕੀਤੇ ਨੇ सीबीआई ਨੇ ਜੋ ਬਿਆਨ ਜਾਰੀ ਕੀਤਾ ਹੈ ਉਸ ਮੁਤਾਬਕ ਕੁੱਲ ਦੀ ਥਾਵਾ ਤੇ ਛਾਪੀ ਮਾਰੀ ਕੀਤੀ ਗਈ ਹੈ सीबीआई ਨੇ ਕਿਹਾ ਹੈ ਕਿ ਫੌਜ ਭਰਤੀ ਗੜਬੜੀ ਮਾਮਲੇ ਦੇ ਵਿੱਚ ਲੈਫਟੀਨੈਂਟ ਕਰਨਲ ਮੇਜਰ ਨਾਇਬ ਸੁਬੇਦਾਰ ਸਿਪਾਈ ਆਸਮੇ 17 ਫੌਜੀ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਫੌਜ ਮੁਖ ਦਫਤਰ ਨੇ ਇਸ ਮੰਦੇ ਵਿੱਚ ਖੁਦ सीबीआई ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਫੌਜ ਮੁਖੀ ਦਫਤਰ ਨੇ सीबीआई ਨੂੰ ਦੱਸਿਆ ਸੀ ਕਿ ਭਰਤੀ ਕਾਂਡ ਵਿੱਚ ਨਗਦ ਤੋਂ ਇਲਾਵਾ ਚੈੱਕ ਦੇ ਜ਼ਰੀਏ ਵੀ ਰਾਸ਼ੀ ਦਿੱਤੀ ਗਈ ਸੀ ਇੰਨਾ ਹੀ ਨਹੀਂ ਪੈਸੇ ਬੈਂਕ ਟੂ ਬੈਂਕ ਵੀ ਟ੍ਰਾਂਸਫਰ ਕੀਤੇ ਗਏ ਸਨ ਫਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਯੂनाइटेड ਫੋਰਮ ਆਫ ਬੈਂਕਸ ਯੂਨੀਅਨ ਵੱਲੋਂ ਬੈਂਕਾਂ ਦੀ ਕੌਮੀ ਹੜਤਾਲ ਨੂੰ ਆਪਣਾ ਸਮਰਥਨ ਦਿੰਦਿਆਂ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਜਨਤਕ ਖੇਤਰਾਂ ਦੇ ਬੈਂਕਾਂ ਦੇ ਨੀਜੀਕਰਨ ਦੇ ਰਾਤ ਤੋਰਨ ਜਿਵੇਂ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਆਪਣੇ ਬਜਟ ਭਾਸ਼ਣ ਵਿੱਚ ਐਲਾਨ ਕੀਤਾ ਸੀ ਦੀ ਸਖਤ ਆਲੋਚਨਾ ਕੀਤੀ ਹੈ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੂੰ ਲਿਖੇ ਆਪਣੇ ਪੱਤਰ ਵਿੱਚ ਸ਼੍ਰੀਮਤੀ ਪਰਨੀਤ ਕੌਰ ਨੇ ਮੁੱਦਾ ਉਠਾਇਆ ਹੈ ਕਿ ਬੈਂਕਾਂ ਦੇ ਨੀਜੀਕਰਨ ਨਾਲ ਬੇਕਾਬੂ ਹੋਣ ਵਾਲੇ ਹਾਲਾਤ ਦੇਸ਼ ਦੇ ਲੋਕਾਂ ਲਈ ਸੁਰੱਖਿਤ ਬੈਂਕਿੰਗ ਦੇ ਦਰਵਾਜ਼ੇ ਬੰਦ ਕਰਨ ਵਾਲਾ ਕਦਮ ਸਾਬਤ ਹੋਵੇਗਾ ਜੋ ਕਿ ਬੈਂਕਾਂ ਨੂੰ ਆਮ ਲੋਕਾਂ ਲਈ ਬੈਂਕਾਂ ਦੀ ਬਜਾਏ ਇੱਕ ਖਾਸ ਵਰਗ ਦੇ ਲੋਕਾਂ ਲਈ ਬੈਂਕ ਬਣਾਉਣ ਵਾਲਾ ਸਾਬਤ ਹੋਵੇਗਾ ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਪਹਿਲਾਂ ਤੋਂ ਕਾਫੀ ਕਮੀ ਵੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਕੇਸ ਵਧਣੇ ਸ਼ੁਰੂ ਹੋ ਚੁੱਕੇ ਨੇ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਮਹਾਮਾਰੀ ਤੇਜ਼ੀ ਨਾਲ ਫੈਲਦੀ ਵਿਖਾਈ ਦੇ ਰਹੀ ਹੈ ਲੰਘੇ ਨੇ ਪੰਜਾਬ ਵਿੱਚ ਕੋਰੋਨਾ ਦੇ 1475 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਨੇ ਇਸ ਦਿਨ ਆਲੀ 38 ਲੋਕਾਂ ਦੇ ਕਰੋਨਾ ਕਾਰਨ ਮੌਤ ਵੀ ਹੋ ਚੁੱਕੀ ਹੈ ਹੁਣ ਤੱਕ ਰਾਜ ਵਿੱਚ 21036 ਪੋਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਨੇ ਇਹਨਾਂ ਵਿੱਚੋਂ 6137 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ ਰਾਜ ਵਿੱਚ ਕੁੱਲ 33272 ਲੋਕਾਂ ਦੇ ਕਰੋਨਾ ਦੇ ਸੈਂਪਲ ਲਏ ਗਏ ਨੇ ਜਿਨ੍ਹਾਂ ਵਿੱਚੋਂ 1475 ਲੋਕ ਪੋਜ਼ਿਟਿਵ ਆਏ ਗਏ ਨੇ ਪੰਜਾਬ ਵਿੱਚ ਕਰੋਨਾ ਵਾਇਰਸ ਦਾ ਕੈਰ ਇੱਕ ਵਾਰ ਫਿਰ ਤੋਂ ਵਾਅਦਾ ਵਿਖਾਈ ਦੇ ਰਹੇ ਹੈ ਰੂਪਨਗਰ ਵਿੱਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀਵਾਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹਾਂ ਜ਼ਿਲ੍ਹੇ ਦੇ ਅੰਦਰ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਪੰਜਾਬ ਵਿੱਚ ਦਿਨੋ ਦਿਨ ਵਧ ਰਹੇ ਕਰੋਨਾ ਵਾਇਰਸ ਦੇ ਕੇਸਾਂ ਨੂੰ ਲੈ ਕੇ ਜਿੱਥੇ ਸੂਬਾ ਸਰਕਾਰ ਚਿੰਤਿਤ ਵਿਖਾਈ ਦੇ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਭਾਵੇਂ ਕੀ ਕਈ ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਜਿੱਦੇ باوجود ਕਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ ਨਾਵਾ ਦੇ ਡੀਐਸਪੀ ਰਾਜੇ ਸ਼ਿਵਰ ਨੇ ਨਾਵਾ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਹੈ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਜ਼ਰੂਰ ਕਰੇ ਆਪਣੀਆਂ ਮੰਗਾਂ ਨੂੰ ਲੈ ਕੇ ਕੋਵਿਡ ਪੈਰਾ ਮੈਡੀਕਲ ਸਟਾਫ ਵਲੰਟੀਅਰਸ ਮੋਤੀ ਮਹਿਲ ਨੂੰ ਕੇਰਨ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੋਵਿਡ-19 ਦੇ ਦੌਰ ਦੇ ਵਿੱਚ ਸੇਵਾਵਾਂ ਦਿੱਤੀਆਂ ਸੀ ਲੇਕਿਨ ਕੋਵਿਡ-19 ਦੇ ਘਟੁੰਦੇ ਹੀ ਸਰਕਾਰ ਨੇ ਪੈਰਾ ਮੈਡੀਕਲ ਸਟਾਫ ਨੂੰ ਹਟਾ ਕੇ ਬੇਰੋਜ਼ਗਾਰ ਕਰ ਦਿੱਤਾ ਅਤੇ ਹੁਣ ਮੁੜ ਕੋਵਿਡ ਫੈਲ ਰਹੀ ਹੈ ਪਰ ਸਰਕਾਰ ਉਹਨਾਂ ਦੀ ਸਹਾਰ ਨਹੀਂ ਲੈ ਰਹੀਏ ਜਿਸ ਕਾਰਨ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼੍ਰੀ ਹੇਮਕੋਟ ਸਾਇਬ ਮੈਨੇਜਮੈਂਟ ਟਰਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਤ ਸਿੰਘ ਰਾਵਤ ਨਾਲ ਸਕਤਰੀਤ ਵਿੱਚ ਮੁਲਾਕਾਤ ਕੀਤੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਉਮੀਦ ਮੁਤਾਬਕ ਸ਼੍ਰੀ ਹੇਮਕੋਟ ਸਾਇਬ ਮੈਨੇਜਮੈਂਟ ਟਰਸਟ ਵੱਲੋਂ ਇਸ ਸਾਲ ਸ਼੍ਰੀ ਹੇਮਕੋਟ ਸਾਇਬ ਦੇ ਕਪਾਟ 1 ਜੂਨ ਦੀ ਬਜਾਏ 10 ਮਈ 2021 ਨੂੰ ਖੋਲਣ ਦਾ ਫੈਸਲਾ ਕੀਤਾ ਗਿਆ ਇਸ ਤਰ੍ਹਾਂ ਸ਼੍ਰੀ ਹੇਮਕੋਟ ਸਾਇਬ ਜੀ ਦੀ ਯਾਤਰਾ 10 ਮਈ ਤੋਂ ਆਰੰਭ ਹੋਵੇਗੀ ਦੱਸਦੇ ਕਿ ਲੰਗੇ ਸਾਲ ਕਰੋਨਾ ਕਾਰਨ ਸ਼੍ਰੀ ਹੇਮਕੋਟ ਸਾਇਬ ਜੀ ਦੀ ਯਾਤਰਾ ਵਿੱਚ ਵਿਗਨ ਪਿਆ ਸੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲੀ ਵਿਦਿਆਰਥੀਆਂ ਨੂੰ ਵਕ ਵਕ ਸਕੀਮਾਂ ਹੇਠ ਸਮੇਂ ਸਿਰ ਵਜ਼ੀਫਾ ਯਕੀਨੀ ਬਣਾਉਣ ਦੇ ਲਈ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਦੇ ਨਾਲ ਨਾਲ ਬਾਇਓਮੈਟ੍ਰਿਕ ਅਪਡੇਟਸ਼ਨ ਦੀ ਵੀ ਹੁਕਮ ਜਾਰੀ ਕੀਤੀ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਡਾਇਰੈਕਟਰ ਜਨ ਸਕੂਲ ਸਿੱਖਿਆ ਨੇ ਇਸ ਸਬੰਧ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰ ਨੂੰ ਪੱਤਰ ਜਾਰੀ ਕੀਤਾ ਹੈ ਅਤੇ ਵਿਦਿਆਰਥੀਆਂ ਦੇ ਆਧਾਰ ਕਾਰਡ ਨਾਲ ਸੰਬੰਧੀ ਪ੍ਰਾਇਮਰੀ ਸਕੂਲਾਂ ਦਾ ਰੋਸਟਰ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਮਿਡਲ ਹਾਈ ਤੇ ਸੀਨੀਅਰ ਸੈਂਡਰੀ ਲਈ ਰੋਸਟਰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਤਿਆਰ ਕੀਤਾ ਜਾਵੇਗਾ ਬੁਲਾਰੇ ਅਨਸਾਰ ਵਿਦਿਆਰਥੀਆਂ ਦੀਆਂ ਵਕਫ ਵਜ਼ੀਫਾ ਸਕੀਮਾਂ ਲਈ ਆਧਾਰ ਕਾਰਡ ਹੋਣਾ ਲਾਜ਼ਮੀ ਹੈ ਇਸ ਕਰਕੇ 5 ਤੋਂ 15 ਸਾਲ ਉਮਰ ਤੱਕ ਦੇ ਜਿਨ੍ਹਾਂ ਵਿਦਿਆਰਥੀਆਂ ਦੇ ਆਧਾਰ ਕਾਰਡ ਨਹੀਂ ਬਣੇ ਨੇ ਉਹਨਾਂ ਦੇ ਆਧਾਰ ਕਾਰਡ ਬਣਾਉਣ ਦੇ ਲਈ ਨਿਰਦੇਸ਼ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਹੀ ਜਿਨ੍ਹਾਂ ਵਿਦਿਆਰਥੀਆਂ ਦੇ ਆਧਾਰ ਕਾਰਡ ਬਣੇ ਨੇ ਉਹਨਾਂ ਦੀ ਬਾਇਓਮੈਟ੍ਰਿਕ ਅਪਡੇਸ਼ਨ ਲਈ ਵੀ ਆਖਿਆ ਗਿਆ ਹੈ ਇਹ ਪ੍ਰਕਿਰਿਆ ਨਵੇਂ ਅਕਾਦਮਿਕ ਸਾਲਣ ਤੋਂ ਪਹਿਯਾਨੇ ਕੀ 1 April 2021 ਤੋਂ ਆਰੰਭ ਹੋਵੇਗੀ ਸੂਖ ਵਿਭਾਗ ਦੇ ਠੇਕਾ ਆਧਾਰਿਤ ਕਰਮਚਾਰੀ ਨੇ ਪੰਜਾਬ ਕਾਂਗਰਸ ਦੇ ਮੁੱਖ ਦਫਤਰ ਚੰਡੀਗੜ੍ਹ ਵਿੱਚ ਕਾਂਗਰਸ ਦੇ ਆਗੂਆਂ ਨੂੰ ਬਦਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਇੱਕ ਵਾਰ ਫਿਰ ਉਨ੍ਹਾਂ ਨੂੰ ਗੋਲੀ ਪਾ ਦਿੱਤੀ ਜਦੋਂ ਮੁਲਾਜ਼ਮ ਆਗੂ ਅਸ਼ੀਸ਼ ਜੁਲਾਹਾ ਦੀ ਅਗਵਾਈ ਹੇਠ ਕਰਮਚਾਰੀ ਯੂਨੀਅਨ ਦੇ ਆਗੂ ਕਾਂਗਰਸ ਭਵਨ ਪਹੁੰਚੇ ਤਾਂ ਕੈਪਟਨ ਸੰਦੀਪ ਸਿੰਘ ਸੰਧੂ ਵੀ ਉਨ੍ਹਾਂ ਨੂੰ ਮਿਲਣ ਆ ਗਏ ਅਸ਼ੀਸ ਜੁਲਾਹਾ ਨੇ ਕੈਪਟਨ ਸੰਦੀਪ ਸੰਧੂ ਨੂੰ ਬਦਾਮਾ ਦੀ ਪੇਸ਼ਕਸ਼ ਕੀਤੀ ਪਰ ਸੰਦੀਪ ਸੰਧੂ ਨੇ ਕਿਹਾ ਕਿ ਜਦੋਂ ਉਹਨਾਂ ਦਾ ਕੰਮ ਹੋ ਗਿਆ ਤਾਂ ਹੀ ਉਹ ਬਦਾਮ ਖਾਣਗੇ ਉੱਤਰੀ ਰੇਲਵੇ ਦੇ ਜੀਐਮ ਆਤੂਸ਼ੋਸ਼ ਉੱਤਰੀ ਰੇਲਵੇ ਦੇ ਜੀਐਮ ਅਸ਼ੋਤੋਸ਼ ਗੰਗਲ ਨੇ ਸੁਲਤਾਨਪੁਰ ਲੋਧੀ ਨਗਰੀ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਨਾਲ ਦਿਵਿਆਨਾ ਰੇਲਵੇ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਜੀਐਮ ਅਤੇ ਹੋਰ ਰੇਲਵੇ ਅਧਿਕਾਰੀ ਪਰਿਵਾਰ ਸਹਿਤ ਰੇਲਵੇ ਸਟੇਸ਼ਨ ਪਹੁੰਚੇ ਜਿੱਥੇ ਉਹਨਾਂ ਨੇ ਫੋਟੋ ਸੈਸ਼ਨ ਵੀ ਕੀਤਾ ਜੀਐਮ ਰੇਲਵੇ ਜੋ ਫਰੋਜ਼ਪੁਰ ਡਿਵੀਜ਼ਨ ਦੀ ਇਨਸਪੈਕਸ਼ਨ ਤੇ ਜਾਂਚ ਪੜਤਾਲ ਦੇ ਲਈ ਆਏ ਹੋਏ ਸਨ ਨੇ ਪੱਤਰਕਾਰਾਂ ਦੇ ਨਾਲ ਗਲਬਾਤ ਕਰਦੇ ਕਿਹਾ ਕਿ ਰੇਲਵੇ ਸਟੇਸ਼ਨਾਂ ਦੇ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿੱਥੇ ਕਿਤੇ ਕੋਈ ਕਮੀ ਹੋਵੇਗੀ ਦੂਰ ਕੀਤੀ ਜਾਵੇਗੀ ਇੱਕ ਸਵਾਲ ਦੇ ਜਵਾਬ ਵਿੱਚ ਉਨਾ ਦੇ ਚੱਲਦੇ ਆ ਅਜੇ ਤੱਕ ਇੱਕ ਗੱਡੀ ਚਲਾਈ ਗਈਆਂ ਨਹੀਂ ਨਾਲ ਹੀ ਲੋਕਾਂ ਦੀ ਮੰਗ ਤੇ ਜੰਮੂ ਤਵੀ ਵੀ ਛੇਤੀ ਹੀ ਚਲਾ ਦਿੱਤੀ ਜਾਵੇਗੀ ਉਹਨਾਂ ਕਿਹਾ ਹੈ ਕਿ ਪੰਜਾਬ ਅੰਦਰ ਕੋਵਿਡ-19 ਨੂੰ ਲੈ ਕੇ ਹਾਲਾਤ ਦੇ ਚੱਲਦੇ ਅੱਜ ਹੋਰ ਗੱਡੀਆਂ ਨਹੀਂ ਚਲਾਈਆਂ ਗਈਆਂ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ 550 ਪ੍ਰਕਾਸ਼ ਪੂਰਵ ਦੇ ਸਬੰਧ ਦੇ ਵਿੱਚ ਅੰਡਰ ਬ੍ਰਿਜਾਂ ਦੀ ਖਸਤਾ ਹਾਲਤ ਬਾਰੇ ਉਹਨਾਂ ਕਿਹਾ ਹੈ ਕਿ ਰੇਲਵੇ ਬ੍ਰਿਜਾਂ ਦੇ ਹੇਠਾਂ ਬਣੇ ਰਸਤਿਆਂ ਦੀ ਹਾਲ ਦੇ ਮੁਰੰਮਤ ਕਰਵਾਈ ਜਾਵੇਗੀ ਇਸ ਮੌਕੇ ਰਾਈਸ ਮਿਲ ਦਿਨੇਸ਼ ਤਿਰਨੇ ਰੇਲਵੇ ਦੇ ਕਾਰਜਾਂ ਪਾਸੋਂ ਮੰਗ ਕੀਤੀ ਹੈ ਕਿ ਸultanpur 로디 ਤੋਂ ਅਨਾਜ ਦੀਆਂ ਟੁਆ ਟੁਆਈ ਦੇ ਲਈ ਵੱਖਰੀ ਰੇਲਵੇ ਲਾਈਨ ਦਾ ਪ੍ਰਬੰਧ ਕੀਤਾ ਜਾਵੇ। ਬੀਤੇ ਦਿਨੀ ਇੱਕ ਸ਼ੰਕਰਦੇ ਨੰਗਲ ਰੋਡ ਤੇ ਪੈਂਦੇ ਪਿੰਡ ਗੜੀ ਮੱਟੋ ਸਦਰਪੁਰ ਰੋਡ ਤੇ ਗਰੀਬ ਅਤੇ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਣ ਵਾਲੇ ਪੰਜ ਪਰਿਵਾਰਾਂ ਦੀਆਂ ਝੁੱਗੀਆਂ ਸੜਕੇ ਸਵਾਹ ਹੋ ਗਈਆਂ ਜਾਣਕਾਰੀ ਦਿੰਦੇ ਹਾਂ ਝੁੱਗੀਆਂ ਵਿਖੇ ਰਹਿ ਰਹੇ ਅਨੂਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਝੁੱਗੀਆਂ ਦੇ ਵਿੱਚ ਪੰਜ ਪਰਿਵਾਰ ਲੰਮੇ ਸਮੇਂ ਤੋਂ ਰਹਿ ਰਹੇ ਸਨ ਅਤੇ ਉਹ ਕੰਮ ਕਰਨ ਲਈ ਗਏ ਹੋਏ ਸਨ ਜਦੋਂ ਉਹ ਵਾਪਸ ਪਰਤੇ ਤਾਂ ਉਹਨਾਂ ਦਾ ਜਰੂਰਤਮੰਦ ਸਾਰਾ ਸਮਾਨ மஞ்சੇ ਬਿਸਤਰੇ ਕਪੜੇ ਰਾਸ਼ਨ ਪੈਸੇ ਸਾਰਾ ਸਮਾਨ ਸੜਕੇ ਸਵਾਹ ਹੋ ਚੁੱਕਿਆ ਸੀ ਪੀੜਤ ਪਰਿਵਾਰਾਂ ਨੂੰ ਮਦਦ ਕਰਨ ਦੇ ਲਈ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਗੁਰ ਸ਼ੰਕਰ ਦੇ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਮਟੂ ਅਤੇ ਇਸ ਮਾ ਸੇਵਕ ਗੋਲਦੀ ਸਿੰਘ ਅਕੇਆਏ ਜਿਨ੍ਹਾਂ ਵੱਲੋਂ ਪੀੜਤ ਪਰਿਵਾਰਾਂ ਨੂੰ ਖਾਣ ਪੀਣ ਅਤੇ ਜ਼ਰੂਰਤਮੰਦ ਦਾ ਸਮਾਨ ਦਿੱਤਾ ਗਿਆ ਅਤੇ ਦਾਨੀ ਸੱਜਣਾਂ ਨੂੰ ਮਦਦੀ ਅਪੀਲ ਕੀਤੀ ਗਈ ਹੈ। ਇਸ ਦਰਾਂ ਤੋਂ ਅੱਗੇ ਆ ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਦੇ ਲਈ ਤੁਸੀਂ ਜੁੜੋ ਚੱਟਿਕਲਾ ਟਾਈਮ ਟੀਵੀ ਨਾਲ ਧੰਨਵਾਦ।